ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ। ਬਠਿੰਡਾ ਦੇ ਅੰਬੇਡਕਰ ਪਾਰਕ ਵਿੱਚ ਅੱਜ ਕੁਝ ਪੱਠਾ ਮਜ਼ਦੂਰਾਂ ਨੇ ਆਪਣੇ ਪਰਿਵਾਰਾਂ ਸਮੇਤ ਹੱਥਾਂ ਵਿੱਚ ਤਖਤੀ ਤੇ ਬੈਨਰ ਫੜ ਕੇ ਪੱਠਾ ਮਾਲਕ ਵਿਨੋਦ ਕੁਮਾਰ ਅਤੇ ਲੇਬਰ ਇੰਸਪੈਕਟਰ ਦੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸੁਰਜਾ ਮਹਿਮਾ ਨੇੜੇ ਲੱਖੀ ਜੰਗਲ ਵਿੱਚ ਵਿਨੋਦ ਕੁਮਾਰ ਦਾ ਇੱਟਾਂ ਦਾ ਪੱਠਾ ਲੱਗਿਆ ਹੋਇਆ ਹੈ, ਜਿੱਥੇ ਕੁਝ ਮਜ਼ਦੂਰ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ ਅਤੇ ਉੱਥੇ ਹੀ ਕੰਮ ਵੀ ਕਰਦੇ ਹਨ। ਪਰ ਉਹਨਾਂ ਮਜ਼ਦੂਰਾਂ ਨੂੰ ਸਮੇਂ ਸਿਰ ਉਹਨਾਂ ਦੀ ਮਜ਼ਦੂਰੀ ਨਹੀਂ ਮਿਲਦੀ ਅਤੇ ਉਲਟਾ ਕੰਮ ਵਾਲੇ ਮਜ਼ਦੂਰਾਂ ਦਾ ਸਮਾਨ ਵੀ ਘਰੋਂ ਬਾਹਰ ਸੁੱਟ ਦਿੱਤਾ ਗਿਆ ਹੈ। ਕੰਮ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਲੇਬਰ ਇੰਸਪੈਕਟਰ ਵੀ ਪੱਠੇ 'ਤੇ ਆਉਂਦੇ ਹਨ ਪਰ ਦਫ਼ਤਰ ਵਿੱਚ ਚਾਹ ਪਾਣੀ ਪੀ ਕੇ ਮੁੜ ਜਾਂਦੇ ਹਨ। ਮਜ਼ਦੂਰਾਂ ਨੇ ਲੇਬਰ ਇੰਸਪੈਕਟਰ ਨਾਲ ਗੱਲ ਕੀਤੀ ਕਿ ਬਾਹਰ ਕੁਝ ਮਜ਼ਦੂਰ ਧਰਨਾ ਦੇ ਰਹੇ ਹਨ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਬਾਰੇ ਨਹੀਂ ਪਤਾ ਅਤੇ ਨਾ ਹੀ ਮੇਰੇ ਕੋਲ ਕੋਈ ਇਸ ਦੀ ਸ਼ਿਕਾਇਤ ਆਈ ਹੈ। ਪਰ ਦੂਜੇ ਪਾਸੇ ਮਜ਼ਦੂਰਾਂ ਨੇ ਸਾਫ਼ ਕਿਹਾ ਕਿ ਸਭ ਮਿਲੇ ਹੋਏ ਹਨ। ਬਠਿੰਡਾ ਤੋਂ ਸਾਡੇ ਪੱਤਰਕਾਰ ਫਤਿਹ ਸਿੰਘ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖ਼ਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਰਾਮੀ ਹੈ ਜੀ। ਹਾਂਜੀ, ਮੇਰਾ ਨਾਂ ਰਾਣੀ ਹੈ ਜੀ। ਅੱਛਾ ਜੀ, ਚੌਧਰੀ ਪੱਠੇ ਦੇ ਕੰਮ ਕਰਦੇ ਆ ਜੀ। ਕਿੰਨੇ ਟਾਈਮ ਤੋਂ ਕੰਮ ਕਰਦੇ? 9 ਮਹੀਨੇ ਤੋਂ ਕੰਮ ਕਰਦੇ ਆ ਜੀ। ਅੱਛਾ ਜੀ, ਤੇ ਪੱਠਾ ਮਾਲਕ ਸਾਡੀ ਸੁਣਵਾਈ ਨਹੀਂ ਕਰ ਰਿਹਾ ਹੈਗਾ ਜੀ, ਤੇ ਸਾਨੂੰ ਰੇਟ ਨਹੀਂ ਪੂਰਾ ਦੇ ਰਿਹਾ ਜੀ, ਤੇ ਨਾ ਤਾਂ ਉੱਥੇ ਕੋਈ ਪਾਣੀ ਦਾ ਪ੍ਰਬੰਧ ਹੈ ਜੀ, ਤੇ ਨਾ ਹੀ ਸਾਡੇ ਕੋਈ ਰਹਿਣ ਵਾਲੀ ਕੋਈ ਉੱਥੇ ਸਹੂਲਤ ਹੈ ਜੀ। ਜਿੰਨਾ ਸਾਡਾ ਸਮਾਨ ਸੀ ਸਾਰਾ ਕੱਢ ਕੇ ਬਾਹਰ ਰੱਖਿਆ ਪਿਆ ਜੀ, ਤੇ ਮਾਲਕ ਪੱਠਾ ਕੇ ਸਾਨੂੰ ਧਮਕੀਆਂ ਦਿੰਦਾ ਜੀ। ਇੱਕ ਉਹਦਾ ਮੁੰਡਾ ਹੈਗਾ, ਉਹ ਵੀ ਸਾਨੂੰ ਧਮਕੀਆਂ ਦਿੰਦਾ ਜੀ ਆ ਕੇ, ਤੇ ਜੇ ਉੱਥੇ ਅਸੀਂ ਰਹਿੰਦੇ ਸੀ ਜੀ, ਉਹਨਾਂ ਨੇ ਲਾਈਟ ਵੀ ਕੱਟਤੀ ਆ, ਝੁੱਗੀਆਂ ਵੀ ਢਾ ਦਿੱਤੀਆਂ ਹੈਗੀਆਂ, ਪਰ ਜਿੰਨਾ ਚਿਕਰ ਸਾਨੂੰ ਇਨਸਾਫ ਨਾ ਮਿਲਿਆ ਉਹਨਾਂ ਚਿਕਰ ਅਸੀਂ ਇੱਥੇ ਮਰਨਾ ਵੱਢ ਲਿਆ ਜੀ। ਅਸੀਂ ਉਹਨਾਂ ਚਿਕਰ ਧਰਨਾ ਲਾਵਾਂਗੇ ਜੀ ਜਿੰਨਾ ਸਿੰਘ ਸਾਨੂੰ ਮਾਲਕ ਨੇ ਸਾਡਾ ਹੱਕ ਨਾ ਦਿੱਤਾ ਤਾ। ਠੀਕ ਹੈ ਜੀ, ਅਸੀਂ ਇਹੀ ਮੰਗ ਕਰਦੇ ਹਾਂ ਜੀ ਕਿ ਸਾਨੂੰ ਸਰਕਾਰੀ ਰੇਟ ਦਿੱਤਾ ਜਾਵੇ। ਉਹ ਸਾਨੂੰ ਸਰਕਾਰੀ ਰੇਟ ਨਹੀਂ ਦਿੱਤਾ ਦਿੱਤਾ, ਅਸੀਂ ਆਪਦਾ ਹੱਕ ਮੰਗਦੇ ਹਾਂ ਜੀ, ਸਾਨੂੰ ਸਾਡਾ ਹੱਕ ਦਿੱਤਾ ਜਾਵੇ ਜੀ। ਉਹਨਾਂ ਤੱਕ ਅਸੀਂ ਕੋਈ ਉਹਦੇ ਨਾਲ ਫੈਸਲਾ ਨਹੀਂ ਕਰਨਾ ਨਹੀਂ ਜਿੰਨਾ ਤੱਕ ਸਾਡਾ ਹੱਕ ਨਾ ਦਿੱਤਾ ਉਹਨੇ। ਅਤੇ ਇਹ ਉਦੋਂ ਦਾ ਭੁੱਖਾ ਧਿਆਇਆ ਉੱਥੇ ਬੈਠਾ ਵਿਚਾਰਾ, ਇਹਨੂੰ ਨਾ ਤਾਂ ਕੋਈ ਰੇਟ ਦੇ ਰਿਹਾ ਹੈਗਾ, ਨਾ ਕੋਈ ਇਹਦੀ ਪੁੱਛ ਪੜਤਾਲ ਕੀਤੀ ਹੈ ਜੀ। ਇਹਨੇ ਕਿਸੇ ਦਾ ਡੰਗਰ ਫੜ ਕੇ ਉੱਥੇ ਕੰਮ ਕੀਤਾ ਜੀ, ਅਤੇ ਆਪਦਾ ਟਾਈਮ ਪਾਸ ਕੀਤਾ ਜੀ। ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗੀ, ਉੱਥੇ ਜਿੰਨੀ ਵੀ ਸਹੂਲਤ ਹੈਗੀ ਹੈ ਜੀ ਕੋਈ ਵੀ ਸਹੂਲਤ ਨਹੀਂ ਉਹਨੇ ਦਿੱਤੀ ਗਈ। ਇਹਨਾਂ ਦੇ ਘਰ ਵਾਲੀ ਦਾ ਇਹਦਾ ਨਾਂ ਤੋਤਾ ਜੀ, ਇਹਨਾਂ ਦਾ ਨਾਮ ਤੋਤਾ ਸਿੰਘ ਹੈ ਜੀ। ਉਹਦਾ ਨਾਂ ਕੀ ਸੀ? ਹਾਂ ਜੀ, ਉਹਨਾਂ ਦੀ ਡੈਥ ਹੋ ਗਈ ਹੈ ਜੀ, ਬਿਨਾਂ ਇਲਾਜ ਤੋਂ ਡੈਥ ਹੋ ਗਈ ਹੈ ਜੀ ਉਹਨਾਂ ਦੀ। ਪੈਸੇ ਮੰਗੇ ਸੀ ਇਹਨੇ ਵਿਚਾਰੇ ਨੇ, ਤੇ ਉਹਨੇ ਪੈਸੇ ਨਹੀਂ ਦਿੱਤੇ ਜੀ, ਤੇ ਉਦੋਂ ਘਰੇ ਜਾ ਕੇ ਤੇ ਉਹਦੀ ਡੈਥ ਹੋ ਗਈ ਹੈ ਜੀ। ਮੇਰਾ ਜੀ ਗੁਰਸੇਵਕ ਸਿੰਘ ਨਾਮ ਹੈ ਜੀ। ਅੱਛਾ ਜੀ, ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਕੱਚੀ ਫਸੇਰ ਦੇ ਕੱਢਦੇ ਹਾਂ ਇੱਟ, ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਸਾਨੂੰ ਸਾਡੀ ਜਿਹੜੀ ਹੱਕ ਦੀ ਮਿਹਨਤ ਸਾਡੀ ਬਣਦੀ ਆ ਉਹ ਸਾਨੂੰ ਦਿੱਤੀ ਜਾਵੇ ਜੀ। ਠੀਕ ਹੈ ਜੀ, ਪੱਠਾ ਚੌਧਰੀ ਦਾ ਦੂਜਾ ਸੀਜ਼ਨ ਹੋ ਗਿਆ ਸਾਨੂੰ, ਪਿਛਲੇ ਸੀਜ਼ਨ ਵੀ ਨਹੀਂ ਸਾਨੂੰ ਹਿਸਾਬ ਦਿੱਤਾ ਇਹਨੇ, ਐਤਕੀ ਵੀ ਨਹੀਂ ਹਿਸਾਬ ਦੇ ਰਿਹਾ। ਲੇਬਰ ਇੰਸਪੈਕਟਰ ਅਤੇ ਤਹਿਸੀਲਦਾਰ ਗਏ ਸੀਗੇ ਚੌਧਰੀ ਦੇ ਪੱਠੇ 'ਤੇ, ਸਾਡਾ ਸਮਾਨ ਬਾਹਰ ਸੁੱਟਿਆ ਪਿਆ ਸੀ। ਚੌਧਰੀ ਨਾਲ ਗੱਲਬਾਤ ਕਰਕੇ ਜੋ ਵੀ ਉਹਨਾਂ ਨੇ ਉਹ ਕੀਤਾ, ਉਹਨਾਂ ਨੇ ਅੰਦਰ ਬਹਿ ਕੇ ਠੰਡਾ ਪੀ ਕੇ ਮੁੜਿਆ, ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਜੇ ਉਹ ਤੋਂ ਰੇਟ ਪੁੱਛਿਆ, ਅਸੀਂ ਆਖਿਆ ਵੀ ਰੇਟ ਸਾਨੂੰ 20 ਦਾ ਤਾਂ 21 ਦਾ ਕੱਢ ਕੇ ਦਿਓ, ਉਹ ਦਸੰਬਰ ਮਹੀਨੇ 19 ਦਾ ਲੈ ਕੇ ਰੇਟ ਤੁਰੇ ਫਿਰਦੇ ਜੀ। ਦੱਸੋ 2000 ਕਿੱਧਰ, 2 ਸਾਲ ਸਾਡੇ ਗਾਇਬ ਕਰਤੇ ਜੀ ਲੇਬਰ ਦੇ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਜਿੰਨਾ ਚਿਕਰ ਸਾਡਾ ਕੋਈ ਸੁਣਵਾਈ ਨਾ ਹੋਊਗੀ ਅਸੀਂ ਭੁੱਖ ਹੜਤਾਲ 'ਤੇ ਇੱਥੇ ਬਾਬਾ ਜੀ ਦੇ ਸਮੂਹਰੇ ਬੈਠਾਂਗੇ ਧਰਨਾ ਲਾ ਕੇ, ਭਾਵੇਂ ਸਾਡਾ 10 ਦਿਨ ਨਾਲ ਫੈਸਲਾ ਹੋਵੇ, ਸਾਡਾ 20 ਦਿਨ ਨਾ ਹੋਵੇ, ਪ੍ਰਸ਼ਾਸਨ ਜਿੰਨਾ ਚਿਕਰ ਸਾਡੀ ਕੋਈ ਆ ਕੇ ਸੁਣਵਾਈ ਨਾ ਕਰੂਗਾ ਅਸੀਂ ਇੱਥੋਂ ਜਾਵਾਂਗੇ ਨਹੀਂ। ਭੁੱਖੇ ਪਿਆਸੇ ਮਰ ਜਾਵਾਂਗੇ, ਉੱਥੇ ਵੀ ਭੁੱਖ ਪਿਆਸੇ ਮਰੀ ਜਾਂਦੇ, ਇੱਥੇ ਵੀ ਮਰ ਜਾਵਾਂਗੇ, ਸਾਨੂੰ ਕੋਈ ਵਿਰੋਧ ਨਹੀਂ ਗਾ। ਜਿੰਨਾ ਚਿਕਰ ਮਾਲਕ ਸਾਡੀ ਆ ਕੇ ਮਾਲਕ ਨਾਲ ਕੋਈ ਗੱਲ ਨਹੀਂ ਕਰਦੀ, ਸਭਾ ਵਿਧਾਨ ਸਭਾ ਦੇ ਵਿੱਚ ਆ ਨਹੀਂ ਰਿਹਾ, ਉਹਨਾਂ ਚਿਕਰ ਅਸੀਂ ਇੱਥੋਂ ਜਾਵਾਂਗੇ ਨਹੀਂ। ਬਲਜਿੰਦਰ ਸਿੰਘ ਹੈ। ਅੱਛਾ, ਜਿਹੜੀ ਅੱਜ ਤੁਸੀਂ ਆਹ ਪ੍ਰੋਟੈਸਟ ਕਰਦੇ ਹੋ, ਇਹ ਕਾਹਦੇ ਸੰਬੰਧ ਵਿੱਚ ਕਰ ਰਹੇ ਹੋ? ਸਰ, ਟੈਸਟ ਸਟਾਰਟ ਐਂ ਕਰ ਰਹੇ ਹਾਂ ਜੀ, ਪੱਠੇ ਦਾ ਕੰਮ ਕਰਦੇ ਹਾਂ ਜੀ। ਚੌਧਰੀ ਪੱਠਾ ਸਰਜਾ ਮਹਿਮਾ ਪਿੰਡ ਆ ਜੀ। ਠੀਕ ਆ ਜੀ, ਸਾਡੇ ਨਾਲ ਬੱਚੇ ਵੀ ਆ ਨਿੱਕੇ ਨਿੱਕੇ ਜੀ। ਸਰ, ਅਸੀਂ ਰੇਟ ਮੰਗਦੇ, ਰੇਟ ਸਾਡਾ ਪੂਰਾ ਨਹੀਂ ਦੇ ਰਿਹਾ ਜੀ। ਸਾਨੂੰ ਕਹਿੰਦਾ ਵੀ ਸਮਾਨ ਚੱਕ ਕੇ ਲੈ ਜਾਓ, ਬਾਹਰ ਕੱਢਤਾ ਸਮਾਨ ਜੀ ਸਾਡਾ ਧੱਕੇ ਨਾਲ। ਸਾਨੂੰ ਕਹਿੰਦਾ ਵੀ ਸਮਾਨ ਚੱਕ ਕੇ ਲੈ ਜਾਓ, ਅਸੀਂ ਜਿੰਨਾ ਕਰ ਸਾਡਾ ਹਿਸਾਬ ਨਹੀਂ ਹੁੰਦਾ, ਅਸੀਂ ਉਨਾ ਕਰ ਜਾ ਨਹੀਂ ਸਕਦੇ ਭਾਅ ਜੀ। ਇੱਕ ਭਾਅ ਜੀ ਇਹਨਾਂ ਨੇ ਰੇਟ ਨਹੀਂ ਸਾਨੂੰ ਪੂਰਾ ਦੇਣ ਦਿਆ ਜੀ, ਇੱਕ ਵੱਲੋਂ ਇਹਨੇ ਨਾ ਪਾਣੀ ਪੂਣੀ ਸਾਡਾ ਕੋਈ ਪ੍ਰਬੰਧ ਨਹੀਂ ਪਾਣੀ ਦਾ ਜੀ। 22 ਤਰੀਕ ਤੋਂ ਅਸੀਂ ਭੁੱਖਣ ਭਾਣੇ ਬੈਠੇ ਹਾਂ ਜੀ, ਉੱਥੇ ਮੰਗ ਕੇ ਨਾਲ ਦੇ ਪਿੰਡੋਂ ਮੰਗ ਕੇ ਲਿਆਉਂਦੇ ਹਾਂ ਜੀ, ਉਹਨਾਂ ਵੀ ਜਵਾਬ ਦੇ ਤਾ 3 ਦਿਨ ਹੋ ਗਏ ਜੀ। ਠੀਕ ਆ ਜੀ, ਅਸੀਂ ਉਹਨਾਂ ਕਰ ਇੱਥੇ ਬੈਠੇ ਹਾਂ ਭੁੱਖ ਹੜਤਾਲ ਦੇ ਜੀ। ਠੀਕ ਆ ਜੀ, ਉਵੇਂ ਵੀ ਸਾਡੇ ਭੁੱਖੇ ਬੱਚੇ ਉੱਥੇ ਰੋਲਦੇ ਫਿਰਦੇ ਆ, ਅਸੀਂ ਇਸ ਕਰਕੇ ਇੱਥੇ ਆਏ ਹਾਂ। ਇੱਥੋਂ ਗਏ ਸੀ ਸਰ, ਗਏ ਸੀ ਉੱਥੇ, ਠੀਕ ਆ ਜੀ, ਉੱਥੇ ਸਰ ਗਏ ਸੀ, ਕੋਈ ਸੁਣਵਾਈ ਨਹੀਂ ਹੋਈ ਸਾਡੀ ਜੀ।
सर डी सी तहसीलदार गए जी। हाँ जी हाँ जी, कोई सुनवाई नहीं की, ना कि उन्हें समान वाल ध्यान मारिया जी, वो सीधा अंदर गए जी। पता नहीं बहू ने की किया, कहीं रिश्वत ली उन्हों तो भी उवें मुड़ा जी। सर साड़ी वो सुनवाई हो जी, यही मंग करते हैं भी साडा हिसाब हो, साडा रेट सही मिले जी, बस ये मंग आ जी साडी। बाहर एक धरना दिता जा रहा भट्ठे यूनियन वालों, तो अपना लखी जंगल के नाल मेंबर सरजा मेंबर जो पिंड है भट्ठा जी। धरने बारे तो मैं नहीं पता, तुम दस्या गा जी, पर महमे सरजे के भट्ठे की मेरे कोई कंप्लेट नहीं आई अजे तक जी। तो उन्हें दसने मुताबक भी वो असी भी लेबर इंस्पैक्टर भी मिले सी, पर साड़ी कोई सुनवाई नहीं हुई। मैनू मतलब वो जाते हैं जी, तो अपना चाह पानी पी के भट्ठे वाले नाल मिल जाते हैं, कहण नूं तां कुछ कह देना, पर मैनू कोई नहीं मिलिया इत्थे आके। अच्छा जी,